1, 2, 3, 4, 5, 6. उड़ गया, कनेक्टिंग लाके देना। वो सर्वर तक के लिए चल रहे हैं HTTP लोगो को 8545 ऐ उधर चल रहे हैं, ठीक है। उन क्या है कि जिन्हें डिफ़ॉल्ट के लिए तू कॉन्ट क्रिएट के जिन्हें टेन और विच ऐसी जिस कॉन्ट सामने को दे रहे पहले वाला जीरो, ठीक है। जिधर और इतना फिर ऐसी डिवाइस कॉन्ट्रैक्ट वेब थ्री डर एट थर्ड कॉन्ट्रैक्ट जिन्हें ऐ डिवेलप की थे ने वो द तेरी में साइडी है वो दी रिमे दी एथेरियम दी रिमेक्स आईडी और उसके कॉन्ट्रैक्ट से डिफाइन करा के कॉन्ट्रैक्ट के जो दी एबीआई एप्लीकेशन बाइनरी इंटरफेस वो लेंगे वो लेके ऐसे अंदर उसी पेस्ट कर देंगे एथेरियम भी खुद से जा करनी पड़ेगी ਜਿਹੜੀ ਆ ਜਨਰੇਟ ਹੁੰਦੀ ਹੈ ਉਹ ਜਿਹੜਾ ਪ੍ਰੂਫ ਆਫ ਵਰਕ ਹੁੰਦਾ ਹੈ ਹਰ ਦੂਜੇ ਕੋਲ ਜਾਂਦਾ ਉਹਦਾ ਐਡਰੈਸ ਜਾਂ ਵੈਰੀਫਾਈ ਹੋਰ ਚੀਜ਼ਾਂ ਵਿੱਚ ਪੈ ਰਹੇ ਆ ਸਮਾਰ ਜਿਹੜੇ ਆ ਪ੍ਰੂਫ ਆਫ ਵਰਕ ਹੋ ਗਿਆ ਕਾਪੀ ਕਰਕੇ ਇੱਥੇ ਤੁਸੀਂ ਪੇਸਟ ਕਰ ਲਓ ਇਹਦੇ ਅੰਦਰ ਉਹ ਇਸ ਤਰ੍ਹਾਂ ਦੇ ਤੁਹਾਨੂੰ ਕੁਛ ਨਾ ਇੰਪ੍ਰੈਸ ਕਰਨਾ ਜਿਸ ਨੂੰ ਫਾਰਮੈਟ ਕਰਕੇ ਇੱਥੇ ਪੇਸਟ ਕਰ ਦੇਣਾ, ਠੀਕ ਹੈ। ਅੱਗੋਂ ਉਹਦੇ ਅੰਦਰ ਤੁਸੀਂ ਜਾ ਕੇ ਨਾ ਡਿਵਾਈਸ ਕੰਟਰੈਕਟ ਐਡ ਹੁਣ ਕਹਿ ਕੇ ਇਸ ਡਰੈਸ ਦੇ ਉੱਤੇ ਨਹੀਂ ਦੇਣਾ ਉਹ ਕੰਟਰੈਕਟ ਜਿਹੜੇ ਡਿਫਾਈਨ ਹੋ ਜਾਣਾ ਉਹ ਇਸ ਕੰਟਰੈਕਟ ਦੇ ਅੰਦਰ ਦੇ ਦੇਵੇਗਾ, ਠੀਕ ਹੈ। ਡਿਵਾਈਸ ਕੰਟਰੈਕਟ ਕੰਟਰੈਕਟ, ਠੀਕ ਹੈ। ਡਿਵਾਈਸ ਕੰਟਰੈਕਟ ਐਸ ਡਰੈਸ ਉੱਤੇ ਜਿਹੜੇ ਡਿਫਾਈਨ ਹੋਏ ਨੇ ਕੰਟਰੈਕਟ ਦੇ ਉਸ ਕੰਟਰੈਕਟ ਦੇ ਅਸੀਂ ਉਸਨੂੰ ਕਿਹਾ ਕਿ ਕੰਟਰੈਕਟ ਡਾਟ ਵੈਰੀਫਾਈ ਓਨਰ ਕਿ ਇਸ ਚੀਜ਼ 'ਤੇ ਜਾ ਕੇ ਨਾ ਓਨਰ ਨੂੰ ਵੈਰੀਫਾਈ ਕਰੇ। ਉਹ ਵੈਰੀਫਾਈ ਕੀ ਕਰੇਗਾ ਅਗਰ ਵੇਖੇਗਾ ਕਿ ਅਗਰ ਰਿਕੁਐਸਟ ਇਸੇ ਡਰੈਸ ਤੋਂ ਹੀ ਆ ਰਹੀ ਹੈ, ਠੀਕ ਹੈ, ਇਹਦਾ ਜਿਹੜਾ ਡਰੈਸ ਹੋਏਗਾ ਇਹਦੇ ਡਰੈਸ ਤੋਂ ਹੀ ਆ ਰਹੀ ਹੈ ਫਿਰ ਉਹ ਵੈਰੀਫਾਈ ਕਰ ਲੈਣ। ਇਸ ਤੋਂ ਇਲਾਵਾ ਕਿਸੇ ਹੋਰ ਦੇ ਵੀ ਡਰੈਸ ਨੂੰ ਰਿਕੁਐਸਟ ਜਾਏਗੀ ਉਹ ਵੈਰੀਫਾਈ ਨਹੀਂ ਕਰੇਗੀ। ਅੱਛਾ, ਕਿਸ ਚੀਜ਼ ਵਾਸਤੇ ਵੈਰੀਫਿਕੇਸ਼ਨ ਕਰ ਰਿਹਾ? ਜਸਟ ਵੈਰੀਫਾਈ ਕੋ ਕਰ ਰਹੇ ਹਾਂ ਕਿ ਜਿਸ ਐਡਰੈਸ ਉੱਤੇ ਕੰਟਰੈਕਟ ਡਿਫਾਈਨ ਹੋਏ ਨੇ ਉਸੇ ਤੋਂ ਰਿਕੁਐਸਟ ਆ ਰਹੀ ਹੈ। ਮਤਲਬ ਤੁਸੀਂ ਕਿਸੇ ਨੂੰ ਲਾਗਿਨ ਨੂੰ ਮਤੇ ਦੇਖ ਰਹੇ ਜਾਂ ਨਹੀਂ? ਵੈਸੇ ਵੀ ਜਦੋਂ ਕੋ ਡਿਵਾਈਸ ਤੇ ਆਨ ਆਫ ਕਰੇਗਾ ਨਾ ਉਦੋਂ ਇਹ ਵੈਰੀਫਾਈ ਕਰੇਗਾ। ਵੈਰੀਫਾਈ ਕਰੇਗਾ, ਬਾਕੀ ਹੋਰ ਤਾਂ ਬਲਾਕ ਚ ਰਹਿਣਾ ਹੀ ਸੀ। ਬਲਾਕ ਚ ਬਸ ਇੰਨਾ ਹੀ ਹੈ ਜਿਹੜੀ ਉਹ ਪਿੱਛੇ ਪਹੁੰਚੇ ਲੈਣਾ ਤੇ ਕਿਸ ਤਰ੍ਹਾਂ ਅਤੇ ਰਿਮਿਕਸ ਆਈਡੀ ਨਾਲ ਇਹ ਆਨਲਾਈਨ ਚੱਲੇਗੀ? ਆਨਲਾਈਨ ਚੱਲੇਗੀ, ਆਨਲਾਈਨ ਉੱਥੋਂ ਵੈਰੀਫਾਈ ਹੋ ਗਿਆ ਜਿਹੜੀ ਰਿਮਿਕਸ ਦੇ ਆਏ ਕਿਤੋਂ ਆਹ ਬਲਾਕਚੇਨ ਦੀ ਜਿਹੜੀ ਲਾਇਬ੍ਰੇਰੀ ਹੈ ਜਿਹੜੀ ਵਾਲਿਆਂ ਦੀ ਜਿਹੜੀ ਉੱਥੋਂ ਵੈਰੀਫਾਈ ਹੋ ਗਈ। ਬਾਕੀ ਸਾਡੇ ਕੋਲ ਆਵੇ ਜੇ ਇੱਕ ਉਹਦਾ ਇਹ ਸਮਾਰਟ ਕੰਟੈਕਟ ਹੈ ਲਾਉਂਦਾ ਸਮਾਰਟ ਕੰਟੈਕਟ ਉਹ ਤੇ ਡਿਵੈਲਪ ਐਂਡ ਡਿਪਲਾਈ ਹੈ। ਡਿਪਲਾਈ ਆ ਤੇ ਜੇ ਨਹੀਂ ਕੀਤੀ ਉਹ ਫਾਇਲ ਨਹੀਂ ਇਹਦੇ ਤੇ ਹੁੰਦੀ ਨਹੀਂ ਨਾ ਉਹ ਕੀ ਮਤਲਬ ਉਹ ਫਾਇਲ ਇੱਥੇ ਨਹੀਂ ਆ ਸਕਦੀ ਉਹ ਆਨਲਾਈਨ ਮਿਕਸ ਨਹੀਂ ਹੋਣੀ ਹੈ।
ਅਕਾਊਂਟ ਇਕੋ ਤੇਰੇ ਕੋਲ ਬਣਿਆ ਹੁੰਦਾ ਤੋਂ ਉਹਦੀ ਵੈਸੇ ਹੀ ਤੁਸੀਂ ਰਿਮੈਕਸ ਆਈਡੀ ਤੇ ਕੰਟੈਕਟ ਕਰ ਸਕਦੇ ਹੋ ਨਹੀਂ ਉਸ ਲੈ